ਸ਼੍ਰੀ ਗੁਰੂ ਰਵਿਦਾਸ ਸਾਹਿਬ ਏਰੀਆ ਕੈਲੀਫੋਰਨੀਆ ਵੱਲੋਂ ਗੁਰੂ ਘਰ ਦੀ ਨਵੀਂ ਉਸਾਰੀ ਜਾਣ ਵਾਲੀ ਬਿਲਡਿੰਗ ਦੀ ਫਾਊਂਡੇਸ਼ਨ ਤਿਆਰ ਹੋ ਚੁੱਕੀ ਹੈ। ਉਸ ਉੱਪਰ ਹੁਣ ਬਿਲਡਿੰਗ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਿ ਉਸਾਰੀ ਸ਼ੁਰੂ ਕੀਤੀ ਜਾਵੇ ਤਾਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ 14 ਜੁਲਾਈ 2024 ਦਿਨ ਐਤਵਾਰ ਸਵੇਰੇ 10 ਵਜੇ ਤੋਂ ਬਾਅਦ 2 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਰਖਾਏ ਜਾਣਗੇ ਅਤੇ ਇਸ ਦੌਰਾਨ ਕੀਰਤਨ ਦੀਵਾਨ ਸਜਾਏ ਜਾਣਗੇ। ਗੁਰੂ ਘਰ ਦੀ ਉਸਾਰੀ ਜਾਣ ਵਾਲੀ ਬਿਲਡਿੰਗ ਪ੍ਰਤੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਹ ਜਾਣਕਾਰੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਿਨੋਦ ਕੁਮਾਰ ਚੁੰਬਨ ਨੇ ਅਦਾਰਾ ਦੇਸ਼ ਦੁਆਬਾ ਟੀਵੀ ਨਾਲ ਸਾਂਝੀ ਕਰਦਿਆਂ ਸਮੂਹ ਗੁਰੂ ਪਿਆਰੀ ਸਾਧ ਸੰਗਤ ਨੂੰ ਸੁਨਿਮਰ ਬੇਨਤੀ ਕੀਤੀ ਹੈ ਕਿ ਆਪ ਸਭ ਪਰਿਵਾਰਾਂ ਸਮੇਤ ਜ਼ਰੂਰ ਹਾਜ਼ਰੀਆਂ ਭਰੋ ਜੀ ਅਤੇ ਮਾਇਆ ਦਾ ਵੀ ਵੱਧ ਤੋਂ ਵੱਧ ਸਹਿਯੋਗ ਕਰੋ ਜੀ। ਗੁਰੂ ਘਰ ਦਾ ਪਤਾ ਹੈ 31252 Bay 80 ਸਟਰੀਟ, ਯੂਨੀਅਨ ਸਿਟੀ, ਕੈਲੀਫੋਰਨੀਆ 94587। ਦੇਸ਼ ਦੁਆਬਾ ਟੀਵੀ ਤੇ ਬਾਲੀਵੁੱਡ ਖਬਰਾਂ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ। ਅਕਸ਼ੇ ਕੁਮਾਰ ਨੂੰ ਬੇਸ਼ੱਕ ਕੋਰੋਨਾ ਅੱਜ ਕੱਲ੍ਹ ਹੋਇਆ ਹੈ, ਲੇਕਿਨ ਉਹ ਆਪਣੀਆਂ ਫਿਲਮਾਂ ਕਰਕੇ ਕਾਫੀ ਚਰਚਾ ਵਿੱਚ ਰਹਿੰਦੇ ਹਨ। ਅਕਸ਼ੇ ਕੁਮਾਰ ਨੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੰਟ ਦੇ ਵਿਆਹ ਸਮਾਗਮ 'ਚ ਜਾਣਾ ਸੀ, ਲੇਕਿਨ ਕੋਰੋਨਾ ਦੀ ਵਜ੍ਹਾ ਕਰਕੇ ਉਹ ਨਹੀਂ ਜਾ ਸਕੇ। ਅਕਸ਼ੇ ਕੁਮਾਰ ਦੀ ਫਿਲਮ ਸਰਫਰਾ ਕਾਫੀ ਸੁਰਖੀਆਂ ਵਿੱਚ ਹੈ। ਸਰਫਰਾ ਦੇ ਵਿੱਚ ਰਾਧਿਕਾ ਮੈਦਾਨ ਅਕਸ਼ੇ ਕੁਮਾਰ ਦੀ ਨਾਇਕਾ ਹੈ। ਇਸ ਮੌਕੇ ਤੇ ਅਕਸ਼ੇ ਕੁਮਾਰ ਦਾ ਕਹਿਣਾ ਹੈ ਕਿ ਰਾਧਿਕਾ ਮੈਦਾਨ ਇੱਕ ਅਜਿਹੀ ਅਭਿਨੇਤਰੀ ਹੈ ਜੋ ਆਪਣੇ ਰੋਲ ਦੇ ਵਿੱਚ ਪੂਰੀ ਤਰ੍ਹਾਂ ਖੁੱਭ ਜਾਂਦੀ ਹੈ। ਉਸਨੇ ਇਸ ਫਿਲਮ ਦੇ ਵਿੱਚ ਇੱਕ ਮਰਾਠੀ ਲੜਕੀ ਦਾ ਕਿਰਦਾਰ ਨਿਭਾਇਆ ਹੈ, ਲੇਕਿਨ ਮਰਾਠੀ ਨਾ ਹੋਣ ਦੇ ਬਾਵਜੂਦ ਵੀ ਉਸਨੇ ਅਜਿਹੀ ਮਰਾਠੀ ਬੋਲੀ ਹੈ ਕਿ ਕੋਈ ਕਹਿ ਨਹੀਂ ਸਕਦਾ ਕਿ ਇਹ ਨੌਨ ਮਰਾਠੀ ਹੈ। ਅਕਸ਼ੇ ਦਾ ਕਹਿਣਾ ਹੈ ਕਿ ਰਾਧਿਕਾ ਮੈਦਾਨ ਫਿਲਮੀ ਦੁਨੀਆ ਦੇ ਵਿੱਚ ਲੰਬਾ ਸਫ਼ਰ ਤੈਅ ਕਰੇਗੀ। ਦਰਸ਼ਕਾਂ ਨੂੰ ਰਾਧਿਕਾ ਮੈਦਾਨ ਦੀ ਅਦਾਕਾਰੀ ਬਹੁਤ ਹੀ ਵਧੀਆ ਲੱਗੇਗੀ। ਇਹ ਕਿਰਦਾਰ ਅਜਿਹਾ ਹੈ ਜੋ ਔਰਤ ਦੇ ਵੱਖ ਵੱਖ ਰੰਗਾਂ ਨੂੰ ਪੇਸ਼ ਕਰਦਾ ਹੈ। ਇਸ ਫਿਲਮ ਤੋਂ ਪਤਾ ਲੱਗ ਜਾਏਗਾ ਕਿ ਰਾਧਿਕਾ ਬਹੁ ਪੱਖੀ ਪ੍ਰਤਿਭਾ ਦੀ ਮਾਲਕ ਹੈ। ਉਸਨੇ ਇਸ ਫਿਲਮ ਦੇ ਵਿੱਚ ਮਰਾਠੀ ਸੱਭਿਆਚਾਰ ਨੂੰ ਬੜੇ ਹੀ ਪਿਆਰੇ ਢੰਗ ਨਾਲ ਪੇਸ਼ ਕੀਤਾ। ਉਸਨੇ ਆਪਣਾ ਇਹ ਕਿਰਦਾਰ ਬਹੁਤ ਹੀ ਡੂੰਘਾਈ ਨਾਲ ਨਿਭਾਇਆ ਹੈ। ਇਸ ਫਿਲਮ ਦੇ ਗੀਤ ਚਾਵਟ ਨੇ ਵੀ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ ਇੱਕ ਮਹਾਰਾਸ਼ਟਰੀਅਨ ਵਿਆਹ ਦਾ ਗੀਤ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ ਸਟਾਰਟਅਪ ਤੇ ਏਵੀਏਸ਼ਨ ਦੇ ਵਿਸ਼ੇ ਤੇ ਆਧਾਰਿਤ ਹੈ। ਇੱਕ ਦਮਦਾਰ ਕਹਾਣੀ ਹੈ ਜਿਸ ਵਿੱਚ ਆਮ ਆਦਮੀ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਕਿਸ ਹੱਦ ਤੱਕ ਜਾਣਾ ਪੈਂਦਾ ਹੈ ਉਹ ਇਸ ਫਿਲਮ ਦੇ ਵਿੱਚ ਦਿਖਾਇਆ ਹੈ। Here she is. I think she's performed exceptionally well, no doubt. One of the best performance I have seen. I don't know what you guys think about her. And she's not a Maharashtrian, but she has acted like a Maharashtrian very well, perfectly spoken. Her language was perfectly, there was no mistakes in it. I think and she has gone through whole classes to learn how to speak Marathi and what to say. So that is what she has done. ਮੁੰਬਈ ਦੇ ਵਿੱਚ ਅੰਬਾਨੀ ਪਰਿਵਾਰ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੰਟ ਦੇ ਵਿਆਹ ਸਮਾਗਮ ਮੌਕੇ ਦੇਸ਼ ਭਰ ਦੇ ਵਿੱਚੋਂ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ ਹੈ। ਆਓ ਦਿਖਾਉਂਦੇ ਹਾਂ ਤੁਹਾਨੂੰ ਇੱਕ ਝਲਕ।
ਮੁੰਬਈ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਫੈਸ਼ਨ ਸ਼ੋਅ ਹੁੰਦੇ ਰਹਿੰਦੇ ਹਨ ਜਿੱਥੇ ਵੱਖ-ਵੱਖ ਸਿਤਾਰੇ ਆਪਣੀਆਂ ਅਦਾਵਾਂ ਨੂੰ ਪੇਸ਼ ਕਰਦੇ ਹਨ। ਅਜਿਹਾ ਹੀ ਆਲੀਆ ਭੱਟ ਤੋਂ ਲੈ ਕੇ ਕਿਆਰਾ ਅਡਵਾਨੀ, ਕ੍ਰਿਤੀ ਖਰਵੰਦਾ ਅਤੇ ਹੋਰ ਅਭਿਨੇਤਰੀਆਂ ਦੀ ਡੈਨਮ ਲੁੱਕ ਨਜ਼ਰ ਆਈ ਹੈ। ਭਾਰਤੀ ਸਿਨੇਮੇ ਦੀਆਂ ਅਭਿਨੇਤਰੀਆਂ ਹਮੇਸ਼ਾ ਆਪਣੀ ਪਸੰਦ ਅਤੇ ਲੁੱਕ ਵਿੱਚ ਹਮੇਸ਼ਾ ਅਲੱਗ ਹੀ ਦਿਖਾਈ ਦਿੰਦੀਆਂ ਹਨ। ਦੁਨੀਆ ਭਰ ਦੇ ਚਹੇਤੇ ਉਹਨਾਂ ਦੀ ਇਸ ਕਲਾ ਤੋਂ ਬਹੁਤ ਪ੍ਰਭਾਵਿਤ ਹਨ। ਡੈਨਮ ਫੈਸ਼ਨ ਟ੍ਰੇਡ ਦੇ ਵਿੱਚ ਇਹਨਾਂ ਅਭਿਨੇਤਰੀਆਂ ਦੀ ਲੁੱਕ ਵੱਖ ਹੀ ਦਿਖਾਈ ਦਿੱਤੀ ਹੈ। ਆਲੀਆ ਭੱਟ ਅਜਿਹੀ ਅਭਿਨੇਤਰੀ ਹੈ ਜੋ ਆਪਣੇ ਆਪ ਨੂੰ ਹਰ ਤਰ੍ਹਾਂ ਫੈਸ਼ਨ ਦੇ ਵਿੱਚ ਅਪਡੇਟ ਕਰਦੀ ਰਹਿੰਦੀ ਹੈ। ਆਲੀਆ ਭੱਟ ਆਪਣੇ ਅਲੱਗ ਹੀ ਅੰਦਾਜ਼ ਵਿੱਚ ਬਹੁਤ ਵਧੀਆ ਲੱਗੀ ਹੈ। ਕਿਆਰਾ ਅਡਵਾਨੀ ਦੀਆਂ ਵੀ ਬਹੁਤ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਗੁੱਡ ਨਿਊਜ਼ ਫਿਲਮ ਦੀ ਪ੍ਰਮੋਸ਼ਨ ਦੇ ਵਿੱਚ ਉਹ ਅਕਸਰ ਦਿਖਾਈ ਦਿੰਦੀ ਹੈ। ਉਸ ਦਾ ਇਹ ਸਟਾਈਲ ਬਹੁਤ ਹੀ ਪਸੰਦ ਕੀਤਾ ਗਿਆ ਹੈ। ਇਹ ਡਰੈਸ ਕਿਆਰਾ ਅਡਵਾਨੀ 'ਤੇ ਬਹੁਤ ਖੂਬ ਲੱਗ ਰਿਹਾ ਸੀ। ਕ੍ਰਿਤੀ ਖਰਵੰਦਾ ਵੀ ਅਜਿਹੀ ਅਭਿਨੇਤਰੀ ਹੈ ਜੋ ਵੱਖ-ਵੱਖ ਡਰੈਸ ਦੇ ਵਿੱਚ ਬਹੁਤ ਸੋਹਣੀ ਲੱਗਦੀ ਹੈ। ਅਭਿਨੇਤਰੀ ਨੇ ਹਲਕੇ ਨੀਲੇ ਰੰਗ ਦੀ ਜੀਨ ਅਤੇ ਡੈਨਮ ਜੈਕਟ ਪਹਿਨੀ ਹੋਈ ਸੀ ਜਿਸ ਨੂੰ ਕਾਫ਼ੀ ਪਸੰਦ ਕੀਤਾ ਗਿਆ। ਕ੍ਰਿਤੀ ਸੈਨਨ ਵੀ ਅਜਿਹੀ ਅਭਿਨੇਤਰੀ ਹੈ ਜੋ ਵੱਖ-ਵੱਖ ਡੈਨਮ ਆਊਟਫਿਟ ਦੇ ਵਿੱਚ ਨਜ਼ਰ ਆਈ ਹੈ। ਦੀਪਿਕਾ ਪਾਦੂਕੋਨ ਦਾ ਇਹ ਗੈਟਅਪ ਬਹੁਤ ਹੀ ਪਸੰਦ ਕੀਤਾ ਗਿਆ। ਇਸੇ ਮੌਕੇ 'ਤੇ ਆਲੀਆ ਭੱਟ ਤੋਂ ਲੈ ਕੇ ਰਾਧਿਕਾ ਮੈਦਾਨ ਤੱਕ ਪੰਜੇ ਅਭਿਨੇਤਰੀਆਂ ਨੇ ਗੁਲਾਬੀ ਸਾੜੀ ਦੇ ਵਿੱਚ ਸਾਰਿਆਂ ਨੂੰ ਚੁਕਾ ਦਿੱਤਾ। ਸਾੜੀ ਹਮੇਸ਼ਾ ਸ਼ਾਨ ਦਾ ਪ੍ਰਤੀਕ ਰਹੀ ਹੈ। ਭਾਰਤੀ ਅਭਿਨੇਤਰੀਆਂ ਸਾੜੀ ਵਿੱਚ ਬਹੁਤ ਹੀ ਖੂਬਸੂਰਤ ਲੱਗਦੀਆਂ ਹਨ, ਜਿਸ ਕਰਕੇ ਹਮੇਸ਼ਾ ਵੱਖ-ਵੱਖ ਤਰ੍ਹਾਂ ਦੇ ਖਾਸ ਪ੍ਰੋਗਰਾਮਾਂ ਦੇ ਵਿੱਚ ਅਭਿਨੇਤਰੀਆਂ ਸਾੜੀ ਪਹਿਨ ਕੇ ਜਾਂਦੀਆਂ ਹਨ, ਜਿਸ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਸਮੰਥਾ ਰੂਥ ਪ੍ਰਭੂ ਵੀ ਆਪਣੀਆਂ ਸ਼ਾਨਦਾਰ ਅਦਾਵਾਂ ਦੇ ਨਾਲ ਹਰ ਇੱਕ ਨੂੰ ਦੀਵਾਨਾ ਬਣਾ ਦਿੰਦੀ ਹੈ। ਸਮੰਥਾ ਨੇ ਬਹੁਤ ਸਾਰੀਆਂ ਫਿਲਮਾਂ ਹਿੱਟ ਦਿੱਤੀਆਂ ਹਨ ਜਿਨ੍ਹਾਂ ਵਿੱਚ ਉਸਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਆਲੀਆ ਭੱਟ ਇਨ੍ਹੀਂ ਦਿਨੀ ਜਸ਼ਰਾ ਫਿਲਮ ਦੀ ਆਉਣ ਵਾਲੀ ਫਿਲਮ ਅਲਫਾ ਦੀ ਸ਼ੂਟਿੰਗ ਵਿੱਚ ਬਹੁਤ ਬਿਜੀ ਹੈ। ਇਸ ਸਪਾਈ ਯੂਨੀਵਰਸ ਦੀ ਫਿਲਮ ਵਿੱਚ ਉਹ ਸ਼ਰਬਰੀ ਬਾਗ ਦੇ ਨਾਲ ਮੁੱਖ ਲੀਡ ਵਿੱਚ ਨਜ਼ਰ ਆਵੇਗੀ। ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਆਲੀਆ ਫਿਲਮ ਦੇ ਵਿੱਚ ਜ਼ਬਰਦਸਤ ਐਕਸ਼ਨ ਸੀਕੁਐਂਸ ਕਰਦੀ ਨਜ਼ਰ ਆਵੇਗੀ, ਜਿਸ ਦੇ ਲਈ ਉਸਨੇ ਕਾਫ਼ੀ ਤਿਆਰੀ ਕੀਤੀ ਹੈ। ਮੀਡੀਆ ਦਾ ਕਹਿਣਾ ਹੈ ਕਿ YRF ਸਪਾਈ ਯੂਨੀਵਰਸ ਦੀ ਪਹਿਲੀ ਫੀਮੇਲ ਲੀਡ ਫਿਲਮ ਵਿੱਚ ਆਲੀਆ ਇੱਕ ਸੀਕ੍ਰੇਟ ਏਜੰਟ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਆਲੀਆ ਨੇ 5 ਜੁਲਾਈ ਨੂੰ ਅਲਫਾ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ। ਇਸ ਫਿਲਮ ਦੇ ਵਿੱਚ ਆਲੀਆ ਭੱਟ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲੇਗਾ। ਸੁਪਰ ਏਜੰਟ ਰੋਲ ਦੇ ਲਈ ਆਲੀਆ ਨੇ 4 ਮਹੀਨੇ ਦੀ ਤਿਆਰੀ ਕੀਤੀ ਹੈ। ਇਸ ਫਿਲਮ ਵਿੱਚ 5 ਤੋਂ 6 ਮੇਜਰ ਐਕਸ਼ਨ ਸੀਨ ਹੋਣਗੇ ਜੋ ਆਲੀਆ ਭੱਟ ਕਰਦੀ ਦਿਖਾਈ ਦੇਵੇਗੀ। ਇਹਨਾਂ ਖਤਰਨਾਕ ਸੀਕੁਐਂਸ ਦੇ ਲਈ ਉਸਨੇ ਸਪੈਸ਼ਲ ਟ੍ਰੇਨਿੰਗ ਲਈ ਹੈ। ਵੈਸੇ ਵੀ ਉਹ ਸਖ਼ਤ ਮਿਹਨਤ ਦੇ ਨਾਲ ਆਪਣੀ ਫਿਟਨੈਸ ਦਾ ਬਹੁਤ ਖਿਆਲ ਰੱਖਦੀ ਹੈ। ਆਦਿਤਿਆ ਚੋਪੜਾ ਅਜਿਹੇ ਮੇਕਰ ਹਨ ਜੋ ਫੀਮੇਲ ਲੀਡ ਵਾਲੀਆਂ ਫਿਲਮਾਂ ਕਾਫ਼ੀ ਬਣਾਉਂਦੇ ਹਨ। ਇਹ ਅਲਫਾ ਫਿਲਮ ਵੀ ਅਜਿਹੀ ਫਿਲਮ ਹੈ ਜਿਸ ਨੂੰ ਦਰਸ਼ਕ ਪਸੰਦ ਕਰਨਗੇ। ਇਸ ਫਿਲਮ ਦੇ ਵਿੱਚ ਵੱਖ-ਵੱਖ ਰੰਗ ਪੇਸ਼ ਕੀਤੇ ਗਏ ਹਨ। ਐਕਟਰੈਸ ਕਵਿਤਾ ਕੌਸ਼ਿਕ ਜੋਸ਼ੀ ਮੱਠ ਬਦਰੀਨਾਥ ਰਾਜਮਾਰਗ 'ਤੇ ਟਿਗਾ ਡਿੱਗਣ ਕਾਰਨ ਉੱਤਰਾਖੰਡ ਵਿੱਚ ਫਸੀ ਹੋਈ ਹੈ। ਉਹ ਆਪਣੇ ਪਤੀ ਰੋਨਤ ਵਿਸ਼ਵਾਸ ਦੇ ਨਾਲ ਉੱਥੇ ਠਹਿਰੀ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਵਿਤਾ ਕੌਸ਼ਿਕ
ਖਾਸ ਕੰਮ ਦੇ ਲਈ ਉੱਥੇ ਗਈ ਸੀ, ਲੇਕਿਨ ਟਿਗਾ ਡਿੱਗਣ ਕਰਕੇ ਉਹ ਉੱਥੇ ਫਸ ਗਈ ਹੈ। ਕਵਿਤਾ ਕੌਸ਼ਿਕ ਅਜਿਹੀ ਅਭਿਨੇਤਰੀ ਹੈ ਜੋ ਸੀਰੀਅਲ FIR ਵਿੱਚ ਚੰਦਰਮੁਖੀ ਕਿਰਦਾਰ ਵਿੱਚ ਘਰ ਘਰ ਮਸ਼ਹੂਰ ਹੋਈ ਹੈ। ਇਸ ਦੇ ਇਲਾਵਾ ਵਹਿ ਤੇਰਾ ਸ਼ਲਾਵਾ, ਕੁਟੁੰਬ, ਕਹਾਣੀ ਘਰ ਘਰ ਗੀ ਵਰਗੀਆਂ ਕਈ ਹੋਰ ਸੀਰੀਅਲ ਦੇ ਵਿੱਚ ਵੀ ਉਸਨੇ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ। ਨੱਚ ਵਾਲੀਏ 3, ਬਿੱਗ ਬੌਸ 14 ਅਤੇ ਹੋਰ ਰਿਐਲਿਟੀ ਸ਼ੋਅ ਵਿੱਚ ਵੀ ਉਹ ਭਾਗ ਲੈ ਚੁੱਕੀ ਹੈ। ਦੇਹਰਾਦੂਨ ਦੀ ਰਹਿਣ ਵਾਲੀ ਕਵਿਤਾ ਕੌਸ਼ਿਕ 5 ਜੁਲਾਈ ਨੂੰ ਆਪਣੇ ਪਤੀ ਰੋਨਿਤ ਵਿਸ਼ਵਾਸ ਦਾ ਜਨਮਦਿਨ ਮਨਾਉਣ ਦੇ ਲਈ ਬਦਰੀਨਾਥ ਗਈ ਸੀ, ਜਿੱਥੇ ਉਸਦੇ ਪਤੀ ਦੇ ਨਾਲ ਹੋਰ ਉਹਨਾਂ ਦੇ ਰਿਸ਼ਤੇਦਾਰ ਵੀ ਸਨ, ਲੇਕਿਨ ਉਸ ਇਲਾਕੇ ਵਿੱਚ ਟਿਗਾ ਡਿੱਗਣ ਕਾਰਨ ਉਹ ਉੱਥੇ ਫਸ ਗਈ ਹੈ। ਬਿੱਗ ਬੌਸ 11 ਦੀ ਰਨਰ ਅਪ ਅਤੇ TV ਐਕਟਰਸ ਹਿਨਾ ਖਾਨ ਬ੍ਰੈਸਟ ਕੈਂਸਰ ਦੇ ਤੀਸਰੇ ਸਟੇਜ 'ਤੇ ਹੈ। ਉਸ ਦਾ ਟ੍ਰੀਟਮੈਂਟ ਚੱਲ ਰਿਹਾ ਹੈ। ਉਸ ਦਾ ਪਹਿਲਾਂ ਕੀਮੋ ਵੀ ਹੋਇਆ ਹੈ, ਜਿਸ ਦੇ ਬਾਅਦ ਉਸਨੇ ਆਪਣੇ ਲੰਬੇ ਵਾਲਾਂ ਨੂੰ, ਜਿਸ ਨੂੰ ਉਹ ਬੇਹੱਦ ਪਿਆਰ ਕਰਦੀ ਸੀ, ਕੱਟ ਦਿੱਤਾ ਹੈ। ਇਸ ਮੌਕੇ 'ਤੇ ਜਦੋਂ ਉਸਦੀ ਮਾਂ ਨੂੰ ਪਤਾ ਲੱਗਾ ਕਿ ਉਸਦੀ ਬੇਟੀ ਹਿਨਾ ਖਾਨ ਨੂੰ ਕੈਂਸਰ ਹੈ, ਤਾਂ ਉਹ ਬਹੁਤ ਹੀ ਰੋਈ ਹੈ। COVID-19 ਦੇ ਵਿੱਚ ਆਪਣੇ ਪਤੀ ਨੂੰ ਖੋਣ ਦੇ ਬਾਅਦ ਜਦੋਂ ਬੇਟੀ ਦੀ ਅਜਿਹੀ ਹਾਲਤ ਦੇਖੀ ਤਾਂ ਉਹ ਤਾਹਾਂ ਮਾਰ ਕੇ ਰੋਈ ਹੈ। ਹਿਨਾ ਖਾਨ ਨੇ ਇੰਸਟਾਗ੍ਰਾਮ 'ਤੇ ਵੀ ਕਈ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਹ ਆਪਣੀ ਮਾਂ ਦੇ ਸੀਨੇ ਨਾਲ ਲੱਗੀ ਦਿਖਾਈ ਦਿੱਤੀ ਹੈ। ਦੋਵੇਂ ਪੌੜੀਆਂ 'ਤੇ ਬੈਠੀਆਂ ਦਿਖਾਈ ਦੇ ਰਹੀਆਂ ਹਨ। ਹਾਲਾਂਕਿ ਇਹ ਤਸਵੀਰਾਂ ਪੁਰਾਣੀਆਂ ਹੋ ਸਕਦੀਆਂ ਹਨ, ਲੇਕਿਨ ਇਹਨਾਂ ਤਸਵੀਰਾਂ ਤੋਂ ਇਹਨਾਂ ਦੋਵਾਂ ਦੀ ਭਾਵਨਾ ਸਾਫ਼ ਦਿਖਾਈ ਦੇ ਰਹੀ ਹੈ ਕਿ ਕਿਵੇਂ ਉਹ ਆਪਣੀ ਬੇਟੀ ਦੀ ਇਸ ਬਿਮਾਰੀ ਤੋਂ ਕਾਫ਼ੀ ਪਰੇਸ਼ਾਨ ਹੈ। ਹਿਨਾ ਖਾਨ ਵੱਖ ਵੱਖ ਪੋਸਟਾਂ ਸ਼ੇਅਰ ਕਰਦੀ ਹੈ। ਇਹਨਾਂ ਪੋਸਟਾਂ 'ਤੇ ਏਕਤਾ ਕਪੂਰ, ਅਰਜੁਨ ਬਿਜਲਾਨੀ, ਅਪਾਰ ਸ਼ਕਤੀ ਖੁਰਾਨਾ, ਪਾਰਥ ਸਮਧਾਨ, ਕੁਸ਼ਾਲ ਟੰਡਨ, ਜਸਬੀਰ ਕੌਰ ਅਤੇ ਹੋਰ ਵੱਖ ਵੱਖ ਕਲਾਕਾਰਾਂ ਨੇ ਹਿਨਾ ਖਾਨ ਦੀ ਲੰਬੀ ਉਮਰ ਦੀ ਦੁਆ ਕੀਤੀ ਹੈ ਅਤੇ ਕਿਹਾ ਹੈ ਕਿ ਜਲਦੀ ਜਲਦੀ ਉਹ ਠੀਕ ਹੋ ਕੇ ਵਾਪਸ ਫਿਲਮ ਇੰਡਸਟਰੀ ਵਿੱਚ ਆਵੇ। ਕਬੀਰ ਸਿੰਘ ਤੋਂ ਲੈ ਕੇ ਡਾਂਗੇ ਤੱਕ ਨਿਕਿਤਾ ਦੱਤਾ ਦੀਆਂ ਬਹੁਤ ਸਾਰੀਆਂ ਫਿਲਮਾਂ ਹਨ ਜੋ ਕਾਫ਼ੀ ਪਸੰਦ ਕੀਤੀਆਂ ਗਈਆਂ ਹਨ। ਨਿਕਿਤਾ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ ਜੋ ਕਾਫ਼ੀ ਪ੍ਰਸਿੱਧ ਹਨ। ਨਿਕਿਤਾ ਦੱਤਾ ਨੇ ਅਕਸ਼ੇ ਕੁਮਾਰ ਦੇ ਨਾਲ ਸੀਮਾ ਕਾਗਤੀ ਦੁਆਰਾ ਨਿਰਦੇਸ਼ਕ ਗੋਲਡ ਵਿੱਚ ਵੀ ਵੱਡੇ ਪਰਦੇ 'ਤੇ ਆਪਣੀ ਸ਼ੁਰੂਆਤ ਕੀਤੀ। ਇਹ ਸਪੋਰਟਸ ਡਰਾਮਾ ਫਿਲਮ ਬਾਕਸ ਆਫਿਸ 'ਤੇ ਸਫਲ ਰਹੀ, ਜਿਸ ਤੋਂ ਬਾਅਦ ਨਿਕਿਤਾ ਨੂੰ ਕਾਫ਼ੀ ਫਿਲਮਾਂ ਮਿਲੀਆਂ। ਇਸ ਫਿਲਮ ਦੇ ਵਿੱਚ ਨਿਕਿਤਾ ਨੇ ਦੇਸੀ ਭਾਰਤੀ ਲੜਕੀ ਸਿਮਰਨ ਦੀ ਭੂਮਿਕਾ ਨਿਭਾਈ। ਇਸ ਫਿਲਮ ਦੇ ਵਿੱਚ ਐਕਟਿੰਗ ਨੂੰ ਲੈ ਕੇ ਉਸ ਨੂੰ ਕਾਫ਼ੀ ਪਸੰਦ ਕੀਤਾ ਗਿਆ। ਅਭਿਸ਼ੇਕ ਬੱਚਨ ਦੀ ਫਿਲਮ ਦਾ ਬਿੱਗ ਬੁੱਲ ਵਿੱਚ ਵੀ ਨਿਕਿਤਾ ਨੇ ਪ੍ਰੇਮਿਕਾ ਪ੍ਰੀਆ ਪਟੇਲ ਸ਼ਾਹ ਦਾ ਕਿਰਦਾਰ ਨਿਭਾਇਆ, ਜਿਸ ਨੂੰ ਕਾਫ਼ੀ ਪਸੰਦ ਕੀਤਾ ਗਿਆ। ਇਸ ਫਿਲਮ ਦੇ ਵਿੱਚ ਉਸਦੀ ਗਹਿਰਾਈ ਵਾਲੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ। ਇਮਰਾਨ ਹਾਸ਼ਮੀ ਦੇ ਨਾਲ ਉਸਨੇ ਥ੍ਰਿਲਰ ਟਿਬ ਬੁੱਕ ਵੀ ਕੀਤੀ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਗਿਆ। ਕਈ ਭਾਸ਼ਾਵਾਂ ਵਿੱਚ ਫਿਲਮ ਡਾਂਗੋ ਵਿੱਚ ਵੀ ਉਸਦਾ ਕਿਰਦਾਰ ਕਾਫ਼ੀ ਪਸੰਦ ਕੀਤਾ ਗਿਆ। ਕੋਬਰਾ ਸਹਿਤ ਬਹੁਤ ਜਲਦ ਡੇਵਿਡ ਧਵਨ ਦੀ ਫੈਮਿਲੀ ਇੰਟਰਟੇਨਮੈਂਟ ਫਿਲਮ ਦੇ ਵਿੱਚ ਦਿਖਾਈ ਦੇਵੇਗੀ। ਇਸ ਫਿਲਮ ਦੇ ਵਿੱਚ ਵਰੁਣ ਧਵਨ, ਮਨੀਸ਼ ਪੌਲ, ਮਰੁਨਾਲ ਠਾਕੁਰ ਅਤੇ ਹੋਰ ਬਹੁਤ ਸਾਰੇ ਕਲਾਕਾਰ ਹਨ। ਕੋਬਰਾ ਸਹਿਤ ਦਾ ਕਹਿਣਾ ਹੈ ਕਿ ਉਸਨੂੰ ਬਹੁਤ ਖੁਸ਼ੀ ਹੈ ਕਿ ਉਹ ਡੇਵਿਡ ਧਵਨ ਦੇ ਗਰੁੱਪ ਵਿੱਚ ਕੰਮ ਕਰ ਰਿਹਾ ਹੈ। ਇਸ ਫਿਲਮ ਦਾ ਨਾਂ ਫਿਲਹਾਲ ਫਾਈਨਲ ਨਹੀਂ ਕੀਤਾ ਗਿਆ, ਆਉਣ ਵਾਲੇ ਦਿਨਾਂ ਵਿੱਚ ਫਾਈਨਲ ਕੀਤਾ ਜਾਵੇਗਾ। ਗਲੀ ਬਾਏ, ਸੁਲਤਾਨ ਅਤੇ ਜਵਾਨੀ ਜਾਨੇਮਨ ਵਰਗੀਆਂ ਫਿਲਮਾਂ ਵਿੱਚ ਆਪਣੀ ਅਮਿੱਟ ਕਲਾਕਾਰੀ ਦੀ ਛਾਪ ਛੱਡੀ ਹੈ। ਕੁਬਰਾ ਸੈਦ ਦਾ ਕਹਿਣਾ ਹੈ ਕਿ ਉਹ ਵੱਖ ਵੱਖ ਤਰ੍ਹਾਂ ਦੀਆਂ ਫਿਲਮਾਂ ਕਰਨੀ ਚਾਹੁੰਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੈਂ ਅਜਿਹੀ ਐਕਟਿੰਗ ਵੀ ਕਰ ਸਕਦੀ ਹਾਂ, ਮੈਨੂੰ ਐਕਸ਼ਨ ਵਾਲੀਆਂ ਫਿਲਮਾਂ ਬਹੁਤ ਪਸੰਦ ਹਨ। ਸ਼ਾਹਿਦ ਕਪੂਰ ਦੇ ਨਾਲ ਦੇਵਾ ਫਿਲਮ ਦੇ ਵਿੱਚ ਮੇਰੀ ਇਹ ਐਕਸ਼ਨ ਫਿਲਮ ਹੋਵੇਗੀ।
ਫਿਲਮ ਕਲਕੀ ਨੂੰ ਲੈ ਕੇ ਅਮਿਤਾਭ ਬੱਚਨ ਕਾਫੀ ਉਤਸ਼ਾਹਿਤ ਹਨ ਕਿਉਂਕਿ ਇਸ ਫਿਲਮ ਨੇ ਬਹੁਤ ਕਮਾਈ ਕੀਤੀ ਹੈ। ਦੇਸ਼ ਵਿਦੇਸ਼ ਦੇ ਵਿੱਚ ਕਰੋੜਾਂ ਰੁਪਏ ਇਸ ਫਿਲਮ ਨੇ ਕਮਾਇਆ ਹੈ। ਇਸ ਨੂੰ ਲੈ ਕੇ ਅਮਿਤਾਭ ਬੱਚਨ ਨੇ ਆਪਣੇ ਚਹੇਤਿਆਂ ਨੂੰ ਬਹੁਤ ਸਾਰੇ ਤੋਹਫ਼ੇ ਵੀ ਦਿੱਤੇ ਹਨ ਕਿਉਂਕਿ ਉਹਨਾਂ ਦੇ ਬੰਗਲੇ ਦੇ ਬਾਹਰ ਅਕਸਰ ਭੀੜ ਲੱਗੀ ਰਹਿੰਦੀ ਹੈ ਅਤੇ ਅਮਿਤਾਭ ਬੱਚਨ ਨੂੰ ਦੇਖਣ ਵਾਲੇ ਲਾਈਨਾਂ ਵਿੱਚ ਖੜ੍ਹੇ ਰਹਿੰਦੇ ਹਨ, ਜਿਸ ਕਰਕੇ ਅਮਿਤਾਭ ਬੱਚਨ ਵੀ ਸਮੇਂ-ਸਮੇਂ 'ਤੇ ਉਹਨਾਂ ਨੂੰ ਮਿਲਦੇ ਹਨ। ਕਈ ਸਾਲਾਂ ਤੋਂ ਇਹ ਪਰੰਪਰਾ ਚੱਲੀ ਆ ਰਹੀ ਹੈ ਕਿ ਉਹ ਹਰ ਐਤਵਾਰ ਨੂੰ ਆਪਣੇ ਘਰ ਜਲਸਾ ਵਿਖੇ ਆਪਣੇ ਚਹੇਤਿਆਂ ਨੂੰ ਮਿਲਦੇ ਹਨ, ਜਿਸ ਕਰਕੇ ਇੱਥੇ ਕਾਫੀ ਲੰਬੀਆਂ ਲਾਈਨਾਂ ਲੱਗਦੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਖਾਸ ਮੌਕੇ 'ਤੇ ਕਲਕੀ ਫਿਲਮ ਸੁਪਰਹਿੱਟ ਹੋਣ ਦੇ ਚੱਲਦਿਆਂ ਆਪਣੇ ਚਹੇਤਿਆਂ ਨੂੰ ਤੋਹਫ਼ੇ ਵੰਡੇ ਹਨ। ਅਮਿਤਾਭ ਬੱਚਨ ਦੀਆਂ ਬਹੁਤ ਸਾਰੀਆਂ ਫਿਲਮਾਂ ਆ ਰਹੀਆਂ ਹਨ ਜਿਨ੍ਹਾਂ ਦੀ ਉਹ ਸ਼ੂਟਿੰਗ ਵੱਖ-ਵੱਖ ਥਾਵਾਂ 'ਤੇ ਕਰ ਰਹੇ ਹਨ। ਡਿਜ਼ਨੀ ਹੌਟ ਸਟਾਰ 'ਤੇ ਇਮਰਾਨ ਹਾਸ਼ਮੀ ਦਾ ਇੱਕ ਬਹੁਤ ਹੀ ਵਧੀਆ ਸ਼ੋਅ ਆ ਰਿਹਾ ਹੈ। ਇਹਨਾਂ ਸਾਰੇ ਐਪੀਸੋਡ ਦੀ ਦਰਸ਼ਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸ਼ੋਅ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਐਂਗਲ ਪੇਸ਼ ਕੀਤੇ ਗਏ ਹਨ। ਇਹ 12 ਜੁਲਾਈ ਤੋਂ ਡਿਜ਼ਨੀ ਹੌਟ ਸਟਾਰ 'ਤੇ ਸਟ੍ਰੀਮ ਹੋਣ ਲੱਗਿਆ ਹੈ। ਸੁਮੀਤ ਰਾਏ, ਮੇਹਰ ਦਸਾਈ ਦੁਆਰਾ ਬਣਾਇਆ ਗਿਆ ਇਹ ਸ਼ੋਅ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ। ਇਸ ਸੀਰੀਜ਼ ਦੇ ਵਿੱਚ ਇਮਰਾਨ ਹਾਸ਼ਮੀ, ਮਹਿਮਾ ਮਕਵਾਨਾ, ਮੌਨੀ ਰਾਏ, ਰਾਜੀਵ ਖੰਡੇਲਵਾਲ, ਸ਼੍ਰੀਆ ਸਰਨ, ਵਿਸ਼ਾਲ ਨੀਰਜ ਅਤੇ ਵਿਜੇ ਦੁਆਰਾ ਮੁੱਖ ਭੂਮਿਕਾ ਨਿਭਾਈਆਂ ਗਈਆਂ ਹਨ। ਇਸ ਸ਼ੋਅ ਨੂੰ ਲੈ ਕੇ ਸਾਰੇ ਹੀ ਕਲਾਕਾਰ ਕਾਫੀ ਉਤਸ਼ਾਹਿਤ ਹਨ। ਵਰਲਡ ਵਾਈਡ ਪੰਜਾਬ ਦਾ ਗਾਣਾ ਮੇਰੀ ਬੁੱਗੀ ਮੇਰਾ ਘੋੜਾ ਕਾਫੀ ਹਿੱਟ ਜਾ ਰਿਹਾ ਹੈ। ਇਹ ਗੀਤ ਸੰਗੀਤ ਪ੍ਰੇਮੀਆਂ ਦੇ ਲਈ ਕਾਫੀ ਵਧੀਆ ਹੈ। ਇਸ ਫਿਲਮ ਨੂੰ ਗੁਲਸ਼ਨ ਕੁਮਾਰ ਅਤੇ ਭੂਸ਼ਣ ਕੁਮਾਰ ਦੁਆਰਾ ਪੇਸ਼ ਕੀਤਾ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਸਿਮਰਪ੍ਰੀਤ ਸਿੰਘ ਦੁਆਰਾ ਕੀਤਾ ਗਿਆ ਹੈ ਅਤੇ ਲਵ ਰੰਜਨ ਅਤੇ ਅੰਕੁਰ ਗਰਗ ਇਸ ਦੇ ਨਿਰਮਾਤਾ ਹਨ। ਵਰੁਣ ਸ਼ਰਮਾ, ਸੰਨੀ ਸਿੰਘ, ਮਨਜੋਤ ਸਿੰਘ, ਜੱਸੀ ਗਿੱਲ, ਪਾਤਰ ਲੇਖਾ ਅਤੇ ਇਸ਼ਿਤਾ ਰਾਜ ਸਟਾਰਰ। ਇਹ ਫਿਲਮ 10 ਜੁਲਾਈ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋ ਚੁੱਕੀ ਹੈ। ਸਾਊਥ ਦੇ ਸੁਪਰ ਸਟਾਰ ਪ੍ਰਭਾਸ ਦੀ ਫਿਲਮ ਸਪਿਰਿਟ ਆ ਰਹੀ ਹੈ, ਜਿਸ ਵਿੱਚ ਖਲਨਾਇਕ ਦੇ ਤੌਰ 'ਤੇ ਕੋਰੀਅਨ ਸੁਪਰ ਸਟਾਰ ਮਾਂ ਡੋਂਗ ਸਿਓਂਗ ਵੀ ਫਿਲਮ ਵਿੱਚ ਲੈ ਗਏ ਹਨ। ਸੰਦੀਪ ਰੈਡੀ ਇਸ ਫਿਲਮ ਨੂੰ ਬਣਾ ਰਹੇ ਹਨ। ਇਸ ਫਿਲਮ ਦੇ ਵਿੱਚ ਕੋਰੀਅਨ ਸੁਪਰ ਸਟਾਰ ਮਾਂ ਡੋਂਗ ਸਿਓਂਗ ਨੂੰ ਲੈ ਕੇ ਫਿਲਮ ਮੇਕਰ ਕਾਫੀ ਉਤਸ਼ਾਹਿਤ ਹਨ। ਐਨੀਮਲ ਫੇਮ ਸੰਦੀਪ ਰੈਡੀ ਮਾਂਗਾ ਦੁਆਰਾ ਇਸ ਫਿਲਮ ਨੂੰ ਬਣਾਇਆ ਜਾ ਰਿਹਾ ਹੈ। ਮਾਂ ਡੋਂਗ ਸਿਓਂਗ ਨੂੰ ਕੋਰੀਅਨ ਫਿਲਮ ਇੰਡਸਟਰੀ ਵਿੱਚ ਡੌਨ ਲੀ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਉਹਨਾਂ ਨੇ ਟ੍ਰੇਨ ਟੂ ਬੁਸਾਨ, ਡੇਰੇਲਡ, ਦਾ ਆਊਟਲਾਜ, ਦਾ ਬੈਡ ਗਾਈਜ਼, ਰੀਗਨ ਆਫ ਕੈਓਸ ਅਤੇ ਹੋਰ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਜਿਨ੍ਹਾਂ ਨੂੰ ਵਿਸ਼ਵ ਭਰ ਵਿੱਚ ਪਸੰਦ ਕੀਤਾ ਗਿਆ ਹੈ। ਇਸ ਫਿਲਮ ਦੇ ਵਿੱਚ ਪ੍ਰਭਾਸ ਦੀ ਹੀਰੋਇਨ ਰਸ਼ਮਿਕਾ ਮੰਦਾਨਾ ਬਣੇਗੀ। ਸੂਤਰਾਂ ਦਾ ਕਹਿਣਾ ਹੈ ਕਿ 15 ਸਾਲ ਦੇ ਕੈਰੀਅਰ ਵਿੱਚ 50 ਫਿਲਮਾਂ ਕੀਤੀਆਂ ਹਨ। ਮਾਂ ਡੋਂਗ ਸਿਓਂਗ ਦਾ ਕਹਿਣਾ ਹੈ ਕਿ ਉਸ ਨੂੰ ਇਹ ਕਈ ਭਾਸ਼ਾਵਾਂ ਵਿੱਚ ਬਣਨ ਵਾਲੀ ਫਿਲਮ ਸਪਿਰਿਟ ਕਰਕੇ ਬਹੁਤ ਖੁਸ਼ੀ ਹੋਈ ਹੈ। ਅਦਾਕਾਰ ਪ੍ਰਭਾਸ ਦਾ ਕਹਿਣਾ ਹੈ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਹ ਅਜਿਹੇ ਵੱਡੇ ਕਲਾਕਾਰਾਂ ਨਾਲ ਸਕਰੀਨ ਸਾਂਝੀ ਕਰ ਰਿਹਾ ਹੈ। ਨਿਸ਼ਾ ਵਾਨੋ ਇੱਕ ਅਜਿਹੀ ਕਲਾਕਾਰ ਹੈ ਜੋ ਬਹੁਪੱਖੀ ਪ੍ਰਤਿਭਾ ਦੀ ਧਨੀ ਹੈ। ਨਿਸ਼ਾ ਵਾਨੋ ਮਾਨਸਾ ਦੀ ਰਹਿਣ ਵਾਲੀ ਹੈ। ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਉਸ ਨੂੰ ਗਾਉਣ ਦਾ ਵੀ ਸ਼ੌਕ ਹੈ। ਮਾਨਸਾ ਦੀ ਰਹਿਣ ਵਾਲੀ ਨਿਸ਼ਾ ਵਾਨੋ ਨੇ ਵੱਖ-ਵੱਖ ਫਿਲਮਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ। ਉਸ ਦੀਆਂ ਬਹੁਤ ਸਾਰੀਆਂ ਫਿਲਮਾਂ ਆ ਚੁੱਕੀਆਂ ਹਨ ਅਤੇ ਕਾਫੀ ਫਿਲਮਾਂ ਆ ਰਹੀਆਂ ਹਨ। ਨਿਸ਼ਾ ਵਾਨੋ ਦੀ ਕਾਮਯਾਬੀ ਦੀ ਗੱਲ ਕਰੀਏ ਤਾਂ ਕਰਮਜੀਤ ਅਨਮੋਲ ਦਾ ਉਸ ਦੀ ਕਾਮਯਾਬੀ ਦੇ ਵਿੱਚ ਬਹੁਤ ਵੱਡਾ ਹੱਥ ਹੈ। ਨਿਸ਼ਾ ਵਾਨੋ ਨੂੰ ਸਿਰਫ ਅਦਾਕਾਰੀ ਦਾ ਸ਼ੌਕ ਹੀ ਨਹੀਂ ਸਗੋਂ ਉਸ ਨੂੰ ਗਾਇਕੀ ਵਿੱਚ ਬੇਹੱਦ ਦਿਲਚਸਪੀ ਹੈ।
ਨਿਸ਼ਾ ਵੱਲੋਂ ਬੀਨੂ ਢਿੱਲੋਂ ਕਾਮੇਡੀ ਗਰੁੱਪ ਨਾਲ ਵੀ ਜੁੜੀ ਹੋਈ ਹੈ। ਉਸ ਦੇ ਕੋਲ ਬੀਨੂ ਢਿੱਲੋਂ ਨਾਲ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਬਹੁਤ ਸਾਰੇ ਸਟੇਜ ਪ੍ਰੋਗਰਾਮ ਹਨ। ਉਸ ਨੇ ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ ਵਿੱਚ ਬੀਨੂ ਢਿੱਲੋਂ ਨਾਲ ਪਰਫਾਰਮ ਕੀਤਾ ਹੈ। ਕਈ ਫਿਲਮਾਂ ਦੇ ਵਿੱਚ ਦਮਦਾਰ ਕਿਰਦਾਰ ਨਿਭਾਏ ਹਨ। ਨਿਸ਼ਾ ਬਾਨੋ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਇੱਕ ਨਿੱਜੀ ਚੈਨਲ 'ਤੇ ਆਉਣ ਵਾਲੇ ਸ਼ੋਅ ਹੱਸਦੇ ਹਸਾਉਂਦੇ ਰਹੋ ਤੋਂ ਕੀਤੀ। ਨਿਸ਼ਾ ਬਾਨੋ ਨੇ ਗਾਇਕੀ ਦੇ ਗੁਰ ਕਰਮਜੀਤ ਅਨਮੋਲ ਤੋਂ ਹੀ ਸਿੱਖੇ ਹਨ। ਐਕਟਿੰਗ ਵਿੱਚ ਕਰਮਜੀਤ ਅਨਮੋਲ ਨੇ ਕਾਫੀ ਮਦਦ ਕੀਤੀ। ਪਹਿਲਾ ਸ਼ੋਅ ਦੂਰਦਰਸ਼ਨ 'ਤੇ ਕਰਮਜੀਤ ਅਨਮੋਲ ਅਤੇ ਨਿਸ਼ਾ ਬਾਨੋ ਨੇ ਪਰਫਾਰਮ ਕੀਤਾ ਸੀ। ਵਿਸਾਖੀ 'ਤੇ ਹਾੜੀ ਸੋਹਣੀ ਗਾਇਆ ਨਿਸ਼ਾ ਬਾਨੋ ਨੂੰ ਆਪਣਾ ਗੀਤ ਬਹੁਤ ਪਿਆਰਾ ਲੱਗਦਾ ਹੈ। ਨਿਸ਼ਾ ਬਾਨੋ ਨੇ ਜੱਟ ਐਂਡ ਜੂਲੀਅਟ, ਜੱਟ ਏਅਰਵੇਜ਼, ਨਿੱਕਾ ਜੈਲਦਾਰ, ਮੈਂ ਤੇਰੀ ਤੂੰ ਮੇਰਾ, ਬਾਜ, ਸੁਰਖੀ ਬਿੰਦੀ ਅਤੇ ਫਤਿਹ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਪੰਜਾਬੀ ਸੰਗੀਤ ਜਗਤ ਨੂੰ ਉਸਨੇ ਬਹੁਤ ਸਾਰੇ ਹਿੱਟ ਗਾਣੇ ਦਿੱਤੇ ਹਨ, ਜਿਵੇਂ ਆਫ ਲਿਮਿਟ, ਦਿਲ ਅਰਮਾਨੀ, ਅੜਬ ਜੱਟੀ, ਉਯੋ ਬੋਲਦੀ, ਤੇਰੇ ਕਰਕੇ ਉਸਦੇ ਹਿੱਟ ਗੀਤ ਹਨ। ਮੁੰਬਈ ਫਿਲਮ ਇੰਡਸਟਰੀ ਦੇ ਵਿੱਚ ਸਭ ਤੋਂ ਮਹਿੰਗੇ ਖਲਨਾਇਕ ਅਮਰੀਸ਼ ਪੁਰੀ ਰਹੇ ਹਨ। ਖਲਨਾਇਕ ਬਣ ਕੇ ਅਮਰੀਸ਼ ਪੁਰੀ ਨੇ ਆਪਣੇ ਦਮ 'ਤੇ ਬਲੋਕਬਸਟਰ ਫਿਲਮਾਂ ਦਿੱਤੀਆਂ ਹਨ। ਉਹਨਾਂ ਨੇ ਸ਼ਾਹਰੁਖ ਖਾਨ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਸਾਰਿਆਂ ਨਾਲ ਕੰਮ ਕੀਤਾ ਹੈ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਹਨਾਂ ਨੂੰ ਚਿਹਰੇ ਕਾਰਨ ਨਕਾਰ ਦਿੱਤਾ ਸੀ, ਉਹਨਾਂ ਨੂੰ ਹੀਰੋ ਲਈ ਰੱਦ ਕਰ ਦਿੱਤਾ ਸੀ। ਬਾਲੀਵੁੱਡ ਦੇ ਮੈਗੈਂਬੋ ਅਮਰੀਸ਼ ਪੁਰੀ ਨੂੰ ਕੌਣ ਨਹੀਂ ਜਾਣਦਾ। ਉਹਨਾਂ ਦੀ ਜ਼ਿੰਦਗੀ ਫਿਲਮੀ ਕਹਾਣੀ ਵਰਗੀ ਹੈ। ਅਮਰੀਸ਼ ਪੁਰੀ ਦਾ ਜਨਮ 22 ਜੂਨ 1932 ਨੂੰ ਨਵਾਂਸ਼ਹਿਰ, ਪੰਜਾਬ ਵਿੱਚ ਹੋਇਆ ਸੀ। ਅਮਰੀਸ਼ ਪੁਰੀ ਜਦੋਂ ਬਾਲੀਵੁੱਡ ਵੱਲ ਗਏ ਤਾਂ ਉਹਨਾਂ ਨੇ ਬਤੌਰ ਹੀਰੋ ਫਿਲਮਾਂ ਵਿੱਚ ਕੰਮ ਕਰਨਾ ਚਾਹਿਆ, ਲੇਕਿਨ ਉਹਨਾਂ ਦਾ ਚਿਹਰਾ ਅਦਾਕਾਰ ਬਣਨ ਦੇ ਲਈ ਢੁਕਵਾਂ ਨਹੀਂ ਸੀ ਅਤੇ ਉਹ ਕਾਫੀ ਨਿਰਾਸ਼ ਵੀ ਹੋਏ। 80 ਦੇ ਦਹਾਕੇ ਵਿੱਚ ਅਮਰੀਸ਼ ਪੁਰੀ ਨੇ ਹਮ ਪਾਂਚ, ਨਸੀਬ, ਵਿਧਾਤਾ, ਹੀਰੋ, ਅੰਧਾ ਕਾਨੂੰਨ, ਅਰਧ ਸੱਤਿਆ ਵਰਗੀਆਂ ਫਿਲਮਾਂ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ ਹੈ। ਅਮਰੀਸ਼ ਪੁਰੀ ਅਜਿਹੇ ਖਲਨਾਇਕ ਬਣ ਗਏ ਸੀ, ਜਦੋਂ ਉਹਨਾਂ ਦੀ ਕੋਈ ਵੀ ਇੰਟਰਵਿਊ ਰਿਕਾਰਡ ਕਰਨ ਆਉਂਦਾ ਸੀ, ਉਹ ਮਨ੍ਹਾ ਕਰ ਦਿੰਦੇ ਸਨ। ਉਹਨਾਂ ਦਾ ਕਹਿਣਾ ਹੈ ਕਿ ਕਿਰਪਾ ਕਰਕੇ ਆਪਣਾ ਰਿਕਾਰਡਰ ਬੰਦ ਕਰ ਦਿਓ, ਤੁਸੀਂ ਮੇਰੀ ਆਵਾਜ਼ ਸੁਣਨੀ ਹੈ ਤਾਂ ਥੀਏਟਰ ਵਿੱਚ ਜਾ ਕੇ ਸੁਣੋ। ਪੰਜਾਬੀ ਗਾਇਕ ਮਨਕੀਰਤ ਔਲਖ ਉਹਨਾਂ ਸਿਤਾਰਿਆਂ ਵਿੱਚੋਂ ਇੱਕ ਹਨ ਜੋ ਆਪਣੀ ਪੇਸ਼ੇਵਰ ਜ਼ਿੰਦਗੀ ਦੇ ਨਾਲ ਨਾਲ ਨਿੱਜੀ ਜ਼ਿੰਦਗੀ ਦੇ ਚੱਲਦਿਆਂ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਮਨਕੀਰਤ ਵੱਲੋਂ ਆਪਣੇ ਫੈਨਜ਼ ਲਈ ਖੁਸ਼ਖਬਰੀ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਕਾਮੇਡੀ ਕੁਵੀਨ ਭਾਰਤੀ ਅਤੇ ਉਸਦੇ ਪਤੀ ਹਰਸ਼ ਦੇ ਯੂਟਿਊਬ ਚੈਨਲ 'ਤੇ ਉਹਨਾਂ ਦੇ ਪੌਡਕਾਸਟ ਸ਼ੋਅ 'ਤੇ ਮਨਕੀਰਤ ਵੱਲੋਂ ਵੱਡੇ ਖੁਲਾਸੇ ਕੀਤੇ ਗਏ। ਮਨਕੀਰਤ ਵੱਲੋਂ ਇੱਕ ਨਿੱਜੀ ਅਤੇ ਪੇਸ਼ੇਵਰ ਤੌਰ 'ਤੇ ਖੁਲਾਸਾ ਕੀਤਾ ਹੈ। ਕੁਝ ਦਿਨ ਪਹਿਲਾਂ ਮਨਕੀਰਤ ਵੱਲੋਂ ਇੰਸਟਾਗ੍ਰਾਮ 'ਤੇ ਭਾਰਤੀ ਅਤੇ ਹਰਸ਼ ਦੇ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ, ਜਿਸ ਤੋਂ ਬਾਅਦ ਹੁਣ ਹਰਸ਼ ਭਾਰਤੀ ਵੱਲੋਂ ਮਨਕੀਰਤ ਦੇ ਨਾਲ ਇੱਕ ਪੌਡਕਾਸਟ ਐਪੀਸੋਡ ਵੀ ਸ਼ੇਅਰ ਕੀਤਾ ਹੈ। ਐਕਟਰ ਰਿਤੇਸ਼ ਦੇਸ਼ਮੁਖ ਇਹਨਾਂ ਦਿਨਾਂ ਵਿੱਚ ਹੋਰਰ ਕਾਮੇਡੀ ਫਿਲਮ ਕਾਕੂੜਾ ਅਤੇ ਵੈਬ ਸੀਰੀਜ਼ ਪਹਿਲ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ। ਉਹਨਾਂ ਨੇ ਆਪਣੇ ਐਕਟਿੰਗ ਕੈਰੀਅਰ 'ਤੇ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੇ ਪ੍ਰਭਾਵ ਬਾਰੇ ਵੀ ਗੱਲ ਕੀਤੀ। ਇਹਨਾਂ ਦੀ ਵਜ੍ਹਾ ਦੇ ਨਾਲ ਮੈਂ ਫਿਲਮ ਇੰਡਸਟਰੀ ਦੇ ਵਿੱਚ ਹਾਂ। ਇਹਨਾਂ ਕਲਾਕਾਰਾਂ ਨੇ ਮੇਰੀ ਬਹੁਤ ਮਦਦ ਕੀਤੀ ਹੈ। ਮੈਂ ਹਮੇਸ਼ਾ ਹੀ ਫਿਲਮਾਂ ਦਾ ਬਹੁਤ ਵੱਡਾ ਸ਼ੌਕੀਨ ਰਿਹਾ ਹਾਂ। ਅਕਸਰ ਦਿਨ ਵਿੱਚ 3-4 ਫਿਲਮਾਂ ਦੇਖਦਾ ਸੀ। 2002 ਤੱਕ ਮੈਂ ਹਰ ਹਿੰਦੀ ਫਿਲਮ VHS ਪਲੇਅਰ 'ਤੇ ਦੇਖੀ ਹੈ। ਮੈਂ ਆਪਣੀ ਜਵਾਨੀ ਦੀ ਉਮਰ ਵਿੱਚ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦਾ ਬਹੁਤ ਵੱਡਾ ਫੈਨ ਰਿਹਾ। ਉਹਨਾਂ ਦੇ ਨਾਲ ਸਕਰੀਨ ਸਾਂਝੀ ਕਰਕੇ ਮੈਨੂੰ ਬਹੁਤ ਹੀ ਖੁਸ਼ੀ ਹੋਈ। ਮੈਂ ਸ਼ਾਹਰੁਖ ਅਤੇ ਸਲਮਾਨ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ। ਉਹਨਾਂ ਦੇ ਮਿਲੇ ਸਹਿਯੋਗ ਦਾ ਵੀ ਮੈਂ ਹਮੇਸ਼ਾ ਰੇੜੀ ਰਹਾਂਗਾ।
ਇਹ ਅਜਿਹੇ ਵਧੀਆ ਕਲਾਕਾਰ ਹਨ ਜੋ ਆਪਣੇ ਸਾਥੀ ਕਲਾਕਾਰਾਂ ਦੀ ਬਹੁਤ ਮਦਦ ਕਰਦੇ ਹਨ। ਕੋਈ ਕਲਾਕਾਰ ਸੈੱਟ 'ਤੇ ਡਾਇਲੌਗ ਬੋਲਦੇ ਸਮੇਂ ਭੁੱਲ ਵੀ ਜਾਵੇ ਤਾਂ ਉਹਨਾਂ ਦੀ ਬੜੇ ਪਿਆਰ ਨਾਲ ਮਦਦ ਕਰਦੇ ਹਨ। ਸਾਹਮਣੇ ਵਾਲੇ ਨੂੰ ਇਹ ਅਹਿਸਾਸ ਨਹੀਂ ਕਰਾਉਂਦੇ ਕਿ ਉਹ ਇਸ ਸਮੇਂ ਦੇ ਸੁਪਰਸਟਾਰ ਹਨ, ਜਿਸ ਕਰਕੇ ਮੈਂ ਇਹਨਾਂ ਕਲਾਕਾਰਾਂ ਤੋਂ ਬਹੁਤ ਪ੍ਰਭਾਵਿਤ ਹਾਂ ਅਤੇ ਇਹਨਾਂ ਦੀ ਐਕਟਿੰਗ ਦਾ ਵੀ ਦੀਵਾਨਾ ਹੈ। ਇਹਨਾਂ ਦੀ ਬਦੌਲਤ ਹੀ ਮੈਂ ਫਿਲਮ ਇੰਡਸਟਰੀ ਦੇ ਵਿੱਚ ਟਿਕਿਆ ਹੋਇਆ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਹਮੇਸ਼ਾ ਕੁਝ ਨਾ ਕੁਝ ਸਿੱਖਦਾ ਰਹਿੰਦਾ ਹਾਂ, ਅੱਜ ਵੀ ਸਿੱਖ ਰਿਹਾ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਵਧੀਆ ਫਿਲਮਾਂ ਦੇਵਾਂ। ਸ਼੍ਰੀ ਗੁਰੂ ਰਵਿਦਾਸ ਸਾਹਿਬ ਏਰੀਆ ਕੈਲੀਫੋਰਨੀਆ ਵੱਲੋਂ ਗੁਰੂ ਘਰ ਦੀ ਨਵੀਂ ਉਸਾਰੀ ਜਾਣ ਵਾਲੀ ਬਿਲਡਿੰਗ ਦੀ ਫਾਊਂਡੇਸ਼ਨ ਤਿਆਰ ਹੋ ਚੁੱਕੀ ਹੈ। ਉਸ ਉੱਪਰ ਹੁਣ ਬਿਲਡਿੰਗ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਿ ਉਸਾਰੀ ਸ਼ੁਰੂ ਕੀਤੀ ਜਾਵੇ ਤਾਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ 14 ਜੁਲਾਈ 2024 ਦਿਨ ਐਤਵਾਰ ਸਵੇਰੇ 10 ਵਜੇ ਤੋਂ ਬਾਅਦ 2 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਰਖਾਏ ਜਾਣਗੇ ਅਤੇ ਇਸ ਦੌਰਾਨ ਕੀਰਤਨ ਦੀਵਾਨ ਸਜਾਏ ਜਾਣਗੇ। ਗੁਰੂ ਘਰ ਦੀ ਉਸਾਰੀ ਜਾਣ ਵਾਲੀ ਬਿਲਡਿੰਗ ਪ੍ਰਤੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਹ ਜਾਣਕਾਰੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਿਨੋਦ ਕੁਮਾਰ ਚੁੰਬਨ ਨੇ ਅਦਾਰਾ ਦੇਸ਼ ਦੁਆਬਾ ਟੀਵੀ ਨਾਲ ਸਾਂਝੀ ਕਰਦਿਆਂ ਸਮੂਹ ਗੁਰੂ ਪਿਆਰੀ ਸਾਧ ਸੰਗਤ ਨੂੰ ਸੁਨਿਮਰ ਬੇਨਤੀ ਕੀਤੀ ਹੈ ਕਿ ਆਪ ਸਭ ਪਰਿਵਾਰਾਂ ਸਮੇਤ ਜ਼ਰੂਰ ਹਾਜ਼ਰੀਆਂ ਭਰੋ ਜੀ ਅਤੇ ਮਾਇਆ ਦਾ ਵੀ ਵੱਧ ਤੋਂ ਵੱਧ ਸਹਿਯੋਗ ਕਰੋ ਜੀ। ਗੁਰੂ ਘਰ ਦਾ ਪਤਾ ਹੈ 31252 Bay 80 ਸਟ੍ਰੀਟ, ਯੂਨੀਅਨ ਸਿਟੀ, ਕੈਲੀਫੋਰਨੀਆ 94587। ਸੁਪਰਸਟਾਰ ਰਿਤਿਕ ਰੋਸ਼ਨ ਅਤੇ ਟਾਈਗਰ ਸ਼ਰੋਫ ਦੀ ਫਿਲਮ ਵਾਰ ਬਲਾਕਬਸਟਰ ਹਿੱਟ ਰਹੀ। ਵਾਰ 2 ਨੂੰ ਲੈ ਕੇ ਅਪਡੇਟ ਸਾਹਮਣੇ ਆਇਆ ਹੈ। ਰਿਤਿਕ ਰੋਸ਼ਨ ਨੇ ਫਿਲਮ ਦਾ ਦੂਸਰਾ ਸ਼ੈਡਿਊਲ ਸ਼ੁਰੂ ਕਰ ਦਿੱਤਾ ਹੈ। ਇਸ ਫਿਲਮ ਦੇ ਵਿੱਚ ਰਿਤਿਕ ਦੇ ਨਾਲ ਸਾਊਥ ਦੇ ਸੁਪਰਸਟਾਰ ਜੂਨੀਅਰ NTR ਨਜ਼ਰ ਆਉਣਗੇ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਫਿਲਮ ਦਾ ਦੂਸਰਾ ਸ਼ੈਡਿਊਲ ਬਹੁਤ ਹੀ ਰੋਮਾਂਚਕ ਅਤੇ ਐਕਸ਼ਨ ਨਾਲ ਭਰਪੂਰ ਹੋਵੇਗਾ। ਰਿਤਿਕ ਰੋਸ਼ਨ ਨੇ ਵਾਰ 2 ਦਾ ਸ਼ੈਡਿਊਲ ਸ਼ੁਰੂ ਕਰ ਦਿੱਤਾ ਹੈ। ਜਲਦ ਹੀ NTR ਜੂਨੀਅਰ ਵੀ ਸ਼ੂਟਿੰਗ ਦੇ ਨਾਲ ਜੁੜਨਗੇ, ਜਿਸ ਵਿੱਚ ਬਹੁਤ ਸਾਰੇ ਸੀਨ ਫਿਲਮਾਏ ਜਾਣਗੇ। ਰਿਤਿਕ ਰੋਸ਼ਨ ਦਾ ਕਹਿਣਾ ਹੈ ਕਿ ਇਹ ਇੱਕ ਅਜਿਹੀ ਫਿਲਮ ਹੈ ਜਿਸ ਨੂੰ ਦੇਖ ਕੇ ਦਰਸ਼ਕ ਸੋਚਣਗੇ ਕਿ ਇਹ ਫਿਲਮ ਫੌਰਨ ਦੀ ਫਿਲਮ ਹੈ, ਲੇਕਿਨ ਮੈਂ ਬਹੁਤ ਮਾਣ ਨਾਲ ਕਹਿ ਰਿਹਾ ਕਿ ਇਹ ਅਜਿਹੀ ਫਿਲਮ ਹੈ ਜਿਸ ਨੂੰ ਇੱਥੇ ਹੀ ਤਿਆਰ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਲੱਗੇਗਾ ਜਿਵੇਂ ਅਸੀਂ ਫੌਰਨ ਦੇ ਵਿੱਚ ਬਣਾਇਆ ਹੈ, ਕਿਉਂਕਿ ਅੱਜ ਦੀ ਟੈਕਨੀਕ ਬਹੁਤ ਐਡਵਾਂਸ ਹੋ ਗਈ ਹੈ। ਸਪੈਸ਼ਲ ਇਫੈਕਟਸ ਦੇ ਨਾਲ ਅਸੀਂ ਸਟੂਡੀਓ ਦੇ ਵਿੱਚ ਕੁਝ ਵੀ ਕਰ ਸਕਦੇ ਹਾਂ। ਇਹ ਸ਼ੂਟਿੰਗ 1 ਹਫ਼ਤਾ ਚੱਲੇਗੀ। NTR ਅਤੇ ਰਿਤਿਕ ਰੋਸ਼ਨ ਦੀ ਐਂਟਰੀ ਨੂੰ ਸ਼ੂਟ ਕਰਨ ਦੇ ਲਈ ਕਈ ਦਿਨ ਲੱਗਣਗੇ। ਇਸ ਫਿਲਮ ਦੇ ਵਿੱਚ ਬਹੁਤ ਹੀ ਐਕਸ਼ਨ ਹੈ। ਵਾਰ 2 ਦਾ ਨਿਰਮਾਣ ਆਦਿਤਿਆ ਚੋਪੜਾ ਨੇ ਕੀਤਾ ਹੈ। ਰਿਤਿਕ ਰੋਸ਼ਨ ਅਤੇ ਜੂਨੀਅਰ NTR ਫਿਲਮ ਦੇ ਵਿੱਚ ਰਾ ਏਜੰਟ ਦੇ ਰੋਲ ਵਿੱਚ ਨਜ਼ਰ ਆਉਣਗੇ। ਕਿਆਰਾ ਅਡਵਾਨੀ ਵੀ ਇਸ ਫਿਲਮ ਦੇ ਵਿੱਚ ਅਹਿਮ ਭੂਮਿਕਾ ਵਿੱਚ ਦਿਖਾਈ ਦੇਵੇਗੀ। ਇਸ ਦੇ ਇਲਾਵਾ ਆਲੀਆ ਭੱਟ ਵੀ ਇਸ ਫਿਲਮ ਵਿੱਚ ਦਿਖਾਈ ਦੇਵੇਗੀ। ਨਿਰਦੇਸ਼ਕ ਸਿਧਾਰਥ ਪੀ ਮਲਹੋਤਰਾ ਮਹਾਰਾਜ ਕਰਕੇ ਕਾਫ਼ੀ ਚਰਚਾ ਵਿੱਚ ਹਨ।
ਨੈੱਟਫਲਿਕਸ ਅਤੇ ਵਾਈ ਆਰ ਐੱਫ ਐਂਟਰਟੇਨਮੈਂਟ ਦੇ ਪਹਿਲੇ ਫਿਲਮ ਸਹਿਯੋਗ ਮਹਾਰਾਜ ਨੇ ਕਈ ਦੇਸ਼ਾਂ ਵਿੱਚ ਲਗਾਤਾਰ ਕਮਾਈ ਦੇ ਤੌਰ 'ਤੇ ਕਾਫੀ ਤਹਿਲਕਾ ਮਚਾ ਦਿੱਤਾ। ਨਿਰਦੇਸ਼ਕ ਸਿਧਾਰਥ ਪੀ ਮਲਹੋਤਰਾ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮਹਾਰਾਜ ਫਿਲਮ ਨੇ ਬਹੁਤ ਵਧੀਆ ਕਲੈਕਸ਼ਨ ਕੀਤੀ ਹੈ। ਇਸ ਫਿਲਮ ਦੇ ਵਿੱਚ ਜੁਨੈਦ ਖਾਨ ਨੇ ਪਹਿਲੀ ਵਾਰੀ ਭੂਮਿਕਾ ਨਿਭਾਈ ਹੈ। ਉਸ ਦੇ ਨਾਲ ਜੈਦੀਪ ਅਹਲਾਵਤ, ਸ਼ਾਲਨੀ ਪਾਂਡੇ, ਸ਼ਰਵਰੀ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਸਿਧਾਰਥ ਦੀ ਪਹਿਲੀ ਫਿਲਮ ਹਿਚਕੀ, ਜਿਸ ਵਿੱਚ ਰਾਣੀ ਮੁਖਰਜੀ ਨੇ ਮੁੱਖ ਭੂਮਿਕਾ ਨਿਭਾਈ ਸੀ, ਇਸ ਫਿਲਮ ਨੂੰ ਵੀ ਕਾਫੀ ਹੁੰਗਾਰਾ ਮਿਲਿਆ ਸੀ। ਦੁਨੀਆ ਭਰ ਵਿੱਚ ਇਸ ਫਿਲਮ ਨੇ 235 ਕਰੋੜ ਦੀ ਕਮਾਈ ਕੀਤੀ। ਸਿਧਾਰਥ ਪੀ ਮਲਹੋਤਰਾ ਦਾ ਕਹਿਣਾ ਹੈ ਕਿ ਮੈਂ ਅਜਿਹੀਆਂ ਫਿਲਮਾਂ ਦਾ ਨਿਰਮਾਣ ਕਰਨਾ ਚਾਹੁੰਦਾ ਹਾਂ ਜੋ ਵੱਖ ਹੀ ਕਿਸਮ ਦੀਆਂ ਹੋਣ ਅਤੇ ਦਰਸ਼ਕ ਜਿਨ੍ਹਾਂ ਨੂੰ ਪਿਆਰ ਨਾਲ ਦੇਖਣ। ਕਈ ਫਿਲਮਾਂ 'ਤੇ ਮੇਰਾ ਕੰਮ ਚੱਲ ਰਿਹਾ ਹੈ ਅਤੇ ਕਈ ਫਿਲਮਾਂ 'ਤੇ ਰਿਸਰਚ ਚੱਲ ਰਹੀ ਹੈ, ਕਿਉਂਕਿ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਜਦ ਤੱਕ ਅਸੀਂ ਦਰਸ਼ਕਾਂ ਨੂੰ ਕੁਝ ਵੱਖਰਾ ਨਹੀਂ ਦਿੰਦੇ ਤਦ ਤੱਕ ਗੱਲ ਨਹੀਂ ਬਣਦੀ, ਜਿਸ ਕਰਕੇ ਕੋਈ ਵੀ ਫਿਲਮ ਬਣਾਉਣ ਤੋਂ ਪਹਿਲਾਂ ਕਾਫੀ ਰਿਸਰਚ ਕਰਨੀ ਪੈਂਦੀ ਹੈ ਕਿ ਇਸ ਫਿਲਮ ਦਾ ਸਾਡੇ ਦਰਸ਼ਕਾਂ 'ਤੇ ਕੀ ਅਸਰ ਹੋਵੇਗਾ, ਇੰਟਰਟੇਨਮੈਂਟ ਦੇ ਨਾਲ ਨਾਲ ਅਸੀਂ ਕੀ ਦਿਖਾਉਣਾ ਚਾਹੁੰਦੇ ਹਾਂ। ਫਿਲਮ ਸਟੂਡੈਂਟ ਆਫ ਦਾ ਈਅਰ ਨਾਲ ਬਾਲੀਵੁੱਡ ਵਿੱਚ ਐਂਟਰੀ ਕਰਨ ਵਾਲੇ ਅਭਿਨੇਤਾ ਵਰੁਣ ਧਵਨ ਨੇ ਆਪਣੇ ਪਿਤਾ ਫਿਲਮਕਾਰ ਡੇਵਿਡ ਧਵਨ ਦੇ ਨਿਰਦੇਸ਼ਨ ਵਿੱਚ ਮੈਂ ਤੇਰਾ ਹੀਰੋ ਅਤੇ ਜੁੜਵਾਂ 2 ਫਿਲਮਾਂ ਕੀਤੀਆਂ। ਉਹ ਇੱਕ ਵਾਰ ਫਿਰ ਆਪਣੇ ਪਿਤਾ ਦੇ ਨਿਰਦੇਸ਼ਨ ਵਿੱਚ ਕੰਮ ਕਰਨ ਲਈ ਤਿਆਰ ਹਨ। ਵਰੁਣ ਦੀ ਇਹ ਫਿਲਮ ਪਿਛਲੇ ਕੁਝ ਦਿਨਾਂ ਤੋਂ ਕਾਫੀ ਚਰਚਾ ਵਿੱਚ ਹੈ। ਫਿਲਮ ਵਿੱਚ ਵਰੁਣ ਦੇ ਨਾਲ ਅਭਿਨੇਤਰੀ ਮਿਰਨਾਲ ਠਾਕੁਰ ਮੁੱਖ ਭੂਮਿਕਾ ਵਿੱਚ ਦਿਖਾਈ ਦੇਵੇਗੀ। ਉੱਥੇ ਕੰਨੜ ਅਭਿਨੇਤਰੀ ਸ਼੍ਰੀ ਲੀਲਾ ਦੇਵੀ ਇਸ ਨਾਲ ਹਿੰਦੀ ਫਿਲਮਾਂ ਵਿੱਚ ਕਦਮ ਰੱਖਣ ਦੀਆਂ ਖਬਰਾਂ ਹਨ। ਵਰੁਣ ਇਸ ਫਿਲਮ ਦੀ ਸ਼ੂਟਿੰਗ ਲਈ ਕਾਫੀ ਤਿਆਰ ਹਨ। ਫਿਲਮ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਹਫ਼ਤੇ ਤੋਂ ਮੁੰਬਈ ਸਥਿਤ ਮਹਿਬੂਬ ਸਟੂਡੀਓ ਵਿੱਚ ਇਸ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ। ਫਿਲਹਾਲ ਇਸ ਫਿਲਮ ਦਾ ਨਾਮ ਨਹੀਂ ਰੱਖਿਆ ਗਿਆ, ਲੇਕਿਨ ਸ਼ੂਟਿੰਗ ਲਗਾਤਾਰ ਹੋ ਰਹੀ ਹੈ। ਵਰੁਣ ਨੇ ਨਾਲ ਹੀ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਦੇ ਨਾਲ ਫਿਲਮ ਸੰਨੀ ਸੰਸਕਾਰੀ ਕੀ ਤੁਲਸੀ ਕੁਮਾਰੀ ਦਾ ਵੀ ਇੱਕ ਸ਼ੈਡਿਊਲ ਖਤਮ ਕੀਤਾ ਹੈ। ਉੱਥੇ ਉਸਦੀ ਇੱਕ ਹੋਰ ਫਿਲਮ ਬੇਬੀ ਜਾਨ ਵੀ 25 ਦਸੰਬਰ ਨੂੰ ਰਿਲੀਜ਼ ਲਈ ਲਾਈਨ ਵਿੱਚ ਹੈ। ਇਸ ਸਾਲ ਦਿਵਿਆ ਦੱਤਾ ਨੇ ਅਦਾਕਾਰੀ ਦੇ ਵਿੱਚ ਕੈਰੀਅਰ ਦੇ 30 ਸਾਲ ਪੂਰੇ ਕਰ ਲਏ ਹਨ। ਜਦੋਂ ਦਿਵਿਆ ਨੇ ਇੰਡਸਟਰੀ ਵਿੱਚ ਕਦਮ ਰੱਖਿਆ ਸੀ ਤਾਂ ਉਸਨੂੰ ਲੱਗਦਾ ਸੀ ਕਿ ਇੱਥੇ ਆਵੇਗੀ ਅਤੇ ਛਾ ਜਾਵੇਗੀ। ਫਿਲਮ ਇੰਡਸਟਰੀ ਵਿੱਚ 30 ਸਾਲ ਦਾ ਸਫ਼ਰ ਤੈਅ ਕਰਨਾ ਕਿਸ ਤਰ੍ਹਾਂ ਦਾ ਰਿਹਾ, ਉਸ ਬਾਰੇ ਦਿਵਿਆ ਦੱਤਾ ਦਾ ਕਹਿਣਾ ਹੈ ਕਿ ਮੈਂ 17 ਸਾਲ ਦੀ ਸੀ ਜਦੋਂ ਇੰਡਸਟਰੀ ਵਿੱਚ ਕਦਮ ਰੱਖਿਆ। ਪਤਾ ਨਹੀਂ ਸੀ ਕਿ ਕੀ ਕਰਨ ਵਾਲੀ ਹਾਂ, ਬਹੁਤ ਸਾਰੀਆਂ ਗਲਤੀਆਂ ਕੀਤੀਆਂ, ਉਹਨਾਂ ਤੋਂ ਸਿੱਖਿਆ। ਜਦ ਮੈਂ ਆਈ ਸੀ ਤਾਂ ਮੈਨੂੰ ਦੱਸਣ ਵਾਲਾ ਕੋਈ ਨਹੀਂ ਸੀ ਕਿ ਸਹੀ ਹੈ ਕੀ ਗਲਤ ਹੈ। ਸੁਪਨਾ ਲੈ ਕੇ ਆਈ ਸੀ ਕਿ ਸ਼ਾਹਰੁਖ ਖਾਨ ਜਾਂ ਸਲਮਾਨ ਖਾਨ ਨਾਲ ਕੰਮ ਕਰਾਂਗੀ, ਫਿਰ ਮੈਨੂੰ ਨਵੇਂ ਕਲਾਕਾਰਾਂ ਨਾਲ ਲਵ ਸਟੋਰੀ ਵਾਲੀਆਂ ਫਿਲਮਾਂ ਮਿਲ ਗਈਆਂ। ਫਿਰ ਮਲਟੀ ਸਟਾਰਰ ਫਿਲਮ ਸੁਰਕਸ਼ਾ ਕੀਤੀ, ਉਹ ਫਿਲਮ ਚੱਲੀ ਅਤੇ ਮੈਨੂੰ ਕਾਫੀ ਫਿਲਮਾਂ ਦੇ ਔਫਰ ਆਉਣ ਲੱਗੇ। ਦਿਵਿਆ ਦੱਤਾ ਦਾ ਕਹਿਣਾ ਹੈ ਕਿ ਮੈਂ ਬਹੁਤ ਸਾਰੀਆਂ ਫਿਲਮਾਂ ਕਰ ਰਹੀ ਸੀ ਪਰ ਨਿਰਮਾਤਾ ਆਦਿਤਿਆ ਚੋਪੜਾ ਦੀ ਇੱਕ ਗੱਲ ਯਾਦ ਆ ਗਈ। ਉਹਨਾਂ ਪੁੱਛਿਆ ਕਿ ਤੁਸੀਂ ਇੰਨੀਆਂ ਸਾਰੀਆਂ ਫਿਲਮਾਂ ਕਿਉਂ ਕਰ ਰਹੇ ਹੋ? ਮੈਂ ਕਿਹਾ ਕਿ ਰੁੱਝੇ ਰਹਿਣਾ ਚੰਗਾ ਲੱਗਦਾ ਹੈ। ਉਦੋਂ ਉਹਨਾਂ ਨੇ ਕਿਹਾ ਕਿ ਰੁੱਝੇ ਰਹਿਣ ਦੀ ਲੋੜ ਨਹੀਂ, ਅਜਿਹਾ ਕੰਮ ਕਰੋ ਕਿ ਆਪਣੇ ਪਿੱਛੇ ਇੱਕ ਵਿਰਾਸਤ ਛੱਡ ਕੇ ਜਾਓ। ਇਸ ਗੱਲ ਨਾਲ ਝਟਕਾ ਲੱਗਾ, ਉਦੋਂ ਕਈ ਵੱਡੀਆਂ ਫਿਲਮਾਂ ਛੱਡ ਦਿੱਤੀਆਂ ਪਰ ਕੁਝ ਛੋਟੀਆਂ ਫਿਲਮਾਂ ਕੀਤੀਆਂ। ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਆਪਣੇ ਆਪ 'ਤੇ ਮਾਣ ਮਹਿਸੂਸ ਹੁੰਦਾ ਹੈ। ਸ਼੍ਰੀ ਗੁਰੂ ਰਵਿਦਾਸ ਸਾਹਿਬ ਏਰੀਆ ਕੈਲੀਫੋਰਨੀਆ ਵੱਲੋਂ ਗੁਰੂ ਘਰ ਦੀ ਨਵੀਂ ਉਸਾਰੀ ਜਾਣ ਵਾਲੀ ਬਿਲਡਿੰਗ ਦੀ ਫਾਊਂਡੇਸ਼ਨ ਤਿਆਰ ਹੋ ਚੁੱਕੀ ਹੈ।
ਉਸ ਉੱਪਰ ਹੁਣ ਬਿਲਡਿੰਗ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਿ ਉਸਾਰੀ ਸ਼ੁਰੂ ਕੀਤੀ ਜਾਵੇ ਤਾਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ 14 ਜੁਲਾਈ 2024 ਦਿਨ ਐਤਵਾਰ ਸਵੇਰੇ 10 ਵਜੇ ਤੋਂ ਬਾਅਦ 2 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਰਖਾਏ ਜਾਣਗੇ ਅਤੇ ਇਸ ਦੌਰਾਨ ਕੀਰਤਨ ਦੀਵਾਨ ਸਜਾਏ ਜਾਣਗੇ। ਗੁਰੂ ਘਰ ਦੀ ਉਸਾਰੀ ਜਾਣ ਵਾਲੀ ਬਿਲਡਿੰਗ ਪ੍ਰਤੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਹ ਜਾਣਕਾਰੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਿਨੋਦ ਕੁਮਾਰ ਚੁੰਬਨ ਨੇ ਅਦਾਰਾ ਦੇਸ਼ ਦੇ ਬਾਬਾ ਟੀਵੀ ਨਾਲ ਸਾਂਝੀ ਕਰਦਿਆਂ ਸਮੂਹ ਗੁਰੂ ਪਿਆਰੀ ਸਾਧ ਸੰਗਤ ਨੂੰ ਸੁਨਿਮਰ ਬੇਨਤੀ ਕੀਤੀ ਹੈ ਕਿ ਆਪ ਸਭ ਪਰਿਵਾਰਾਂ ਸਮੇਤ ਜ਼ਰੂਰ ਹਾਜ਼ਰੀਆਂ ਭਰੋ ਜੀ ਅਤੇ ਮਾਇਆ ਦਾ ਵੀ ਵੱਧ ਤੋਂ ਵੱਧ ਸਹਿਯੋਗ ਕਰੋ ਜੀ। ਗੁਰੂ ਘਰ ਦਾ ਪਤਾ ਹੈ 3 1 2 5 2 Bay 80 Street, ਯੂਨੀਅਨ ਸਿਟੀ, ਕੈਲੀਫੋਰਨੀਆ 94587।